ਤੇ ਕੰਗਣਾ ਤੇ ਥੁੱਕਾਂ ਪੈਂਦੀਆਂ ਥੁੱਕਾਂ ਕੰਗਣਾ ਨੀ ਇਸ ਤਰ੍ਹਾਂ ਵੋਟਾਂ ਦੀ ਮਾਰੀ ਨੇ ਮੋਦੀ ਦੀ ਸ਼ਰਨ ਲੈ ਕੇ ਤੇ ਇਹੋ ਜਿਹਾ ਬੋਲੀ ਸੀ ਤੇ ਉਹਨੇ ਭਾਈ ਪ੍ਰਸੰਨ ਹੋ ਕੇ ਉਹਨੂੰ ਦੇਤਾ ਉਹ ਕੋਈ ਬੇਦਮਾਕੀ ਤਾਂ ਕਹਿੰਦੀ ਕੋਈ ਉਗਰਵਾਦੀ ਨਹੀਂ ਉਹਨੇ ਤੁਹਾਨੂੰ ਸਬਕ ਸਿਖਾਇਆ ਵੀ ਚੰਗਾ ਬੋਲ ਸੂਰ ਨਾ ਬੋਲ ਤੂੰ ਐਡੀ ਹੋ ਕੇ ਬਣੀ ਨੈ ਬਣ ਗਈ ਤੂੰ ਐਡੀ ਮਨਿਸਟਰ ਨਹੀਂ ਅਤੇ ਤੈਨੂੰ ਬੋਲਣ ਦੀ ਤੇਰੀ ਵਜ੍ਹਾ ਨਹੀਂ ਉਹ ਤਾਂ ਬੋਲਣਾ ਸਿਖਾਉਂਦੀ ਸੀ ਵੀ ਐਂ ਨਾ ਬੋਲਿਆ ਕਰ ਉਹਨੂੰ ਅਜੇ ਵੀ ਨਹੀਂ ਆਉਂਦਾ ਅੱਤਵਾਦੀ ਉਹ ਕਿੱਥੇ ਉਹ ਕੀ ਕਰਦੇ ਫਿਰਦੇ ਅੱਤਵਾਦ ਕਾਹਦਾ ਕਰਦੇ ਜੇ ਮੈਨੂੰ ਆਖਣਗੇ ਤੂੰ ਜਾਂਦੀ ਰਹਿ ਕੁਲਵਿੰਦਰ ਕੌਰਾ ਤਾਂ ਮੈਨੂੰ ਲੈ ਜਾਣ ਮੈਂ ਤਾਂ ਖਾਈ ਪੀ ਬੈਠੀ ਹਾਂ ਹੁਣ ਛੱਡ ਦੇ ਬਾਲ ਵਿੱਚ ਨਹੀਂ ਆ 100-100 ਰੁਪਈਆ ਲੈ ਕੇ ਇਹੀ ਔਰਤਾਂ ਆ ਜਾਂਦੀਆਂ ਮੈਨੂੰ ਬਜ਼ੁਰਗ 80-80 ਸਾਲ ਦੀਆਂ ਅਤੇ ਘਰ ਸਾਡੇ ਕੰਮ ਹੈ ਨਹੀਂ ਸੀ ਸਾਡੇ ਘਰ ਮੱਝਾਂ ਮਿਲਦੀਆਂ ਸੀ ਗਾਈਆਂ ਸੀ ਦੁੱਧ ਪਾਉਂਦੇ ਸੀ ਗੋਹਾ ਸਿੱਟਦੇ ਮੈਂ ਤਾਂ ਕੰਮ ਕਰੀ ਰਿਹਾ ਮਾਤਾ ਸਾਡੇ ਨਾਲ ਨੇ ਇਹ ਬਠਿੰਡੇ ਜ਼ਿਲ੍ਹੇ ਤੋਂ ਮਾਤਾ ਰਹਿਣ ਵਾਲੀ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਮਾਤਾ ਕੀ ਮਾਮਲਾ ਕੀ ਸੀਗਾ ਉਸ ਟਾਈਮ ਜਿਹੜਾ ਪੂਰਾ ਹੋਇਆ ਸੀਗਾ ਮਾਮਲਾ ਸੀ ਭਾਈ ਕਿਸਾਨਾਂ 'ਤੇ ਘੁਆੜਾ ਧਰਿਆ ਸੀ ਸਰਕਾਰਾਂ ਨੇ ਕਿ ਜਾਇਦਾਦਾਂ ਖੋਹਦੇ ਸੀ ਅਤੇ ਕਿਸਾਨ ਤਾਂ ਬਿਰਦਦ ਹੋਏ ਬੈਠੇ ਸੀ ਔਖੇ ਤੇ ਭਾਈ ਭੁੱਖੇ ਤੇ ਧਰਨਿਆਂ 'ਤੇ ਜਾਂਦੇ ਸੀ ਨਾ ਤਾਂ ਉਹਨਾਂ ਨੂੰ ਦਿਨ ਚੰਗਾ ਲੱਗਦਾ ਸੀ ਰਾਤ ਨੂੰ ਮੀਂਹ ਧੁੱਪ ਸਾਰਾ ਕੁਛ ਸਹਿਆ ਅਤੇ ਸਾਲ ਤਾਂ ਜਾ ਕੇ ਇੱਥੇ ਦਿੱਲੀ ਬੈਠੇ ਰਹੇ ਕਿਸਾਨ ਬਹੁਤ ਔਖੇ ਹੋਏ ਜਦੋਂ ਜਾਇਦਾਦਾਂ ਗਈਆਂ ਤਾਂ ਫਿਰ ਗੁਰੂਆਂ ਪੀਰਾਂ ਦੀ ਧਰਤੀ 'ਤੇ ਕਿਸਾਨਾਂ ਦੀ ਜਾਇਦਾਦਾਂ ਦੇ ਮਗਰ ਰਹਿ ਕੀ ਆ ਮਗਰ ਰਹਿ ਪੱਲੇ ਕਿਸਾਨਾਂ ਦੇ ਕੀ ਜਾਇਦਾਦ ਦੇ ਤਾਂ ਮਾਲਕ ਹੈ ਉਹੀ ਖੋਹੀ ਗਈ ਅਤੇ ਫਿਰ ਕਿਸਾਨਾਂ ਕੋਲ ਕੀ ਰਹਿ ਗਿਆ ਤਾਂ ਮਰੇ ਹੀ ਚੰਗਾ ਇੱਦਾਂ ਉਹਨਾਂ ਨੇ ਤਾਂ ਮਰਨ ਵਰਤ ਰੱਖੇ ਸੀ ਭੁੱਖੇ ਧਏ ਰਹੇ ਸੀ ਭਾਈ ਤਾਂ ਇਸ ਕਰਕੇ ਆਪਦੀਆਂ ਜ਼ਮੀਨਾਂ ਜਾਇਦਾਦਾਂ ਰੱਖਣੀਆਂ ਸੀ ਅਤੇ ਸਰਕਾਰ ਨੇ ਤਾਂ ਭਾਈ ਇਹਨਾਂ 'ਤੇ ਕਿਸਾਨਾਂ 'ਤੇ ਪੁੱਠੀ ਨਿਗਾਹ ਵਰਤੀ ਸੀ ਮਾਤਾ ਉਸ ਟਾਈਮ ਜਿਹੜਾ ਤੁਹਾਡਾ ਉਦੋਂ ਹੋਇਆ ਤੁਸੀਂ ਕੇਸ ਵੀ ਕੀਤਾ ਸੀਗਾ ਉਹ ਕੀ ਸੀਗਾ ਕੰਗਣਾ ਦੇ ਕੰਗਣਾ ਦੀ 100-100 ਰੁਪਈਆ ਲੈ ਕੇ ਇਹੀਆਂ ਔਰਤਾਂ ਆ ਜਾਂਦੀਆਂ ਮੈਨੂੰ ਬਜ਼ੁਰਗ 80-80 ਸਾਲ ਦੀਆਂ ਅਤੇ ਘਰ ਸਾਡੇ ਕੰਮ ਹੈ ਨਹੀਂ ਸੀ ਸਾਡੇ ਘਰ ਮੱਝਾਂ ਮਿਲਦੀਆਂ ਸੀ ਗਾਈਆਂ ਸੀ ਦੁੱਧ ਪਾਉਂਦੇ ਸੀ ਗੋਹਾ ਸਿੱਟਦੇ ਮੈਂ ਤਾਂ ਕੰਮ ਕਰੀ ਰਿਹਾ ਮੈਂ ਤਾਂ ਨਰਮਾ ਚੁਕਾਉਣ ਜਾਂਦੀ ਹੁੰਦੀ ਸੀ ਚੋਣੀਆਂ ਦੇ ਨਾਲ ਨਰਮੇ ਦੀ ਰੁੱਤ ਸੀ ਉਦੋਂ ਅਤੇ ਝੋਨੇ ਵੱਢਣ ਵਾਲੇ ਸੀ ਅਤੇ ਮੈਂ ਚਾਹ ਫੜਾਉਣ ਜਾਂਦੀ ਹੁੰਦੀ ਸੀ ਨਾਲ ਨਰਮਾ ਚੁਕਾਉਂਦੀ ਹੁੰਦੀ ਸੀ ਤਾਂ ਮੈਨੂੰ ਉਹ 100 ਕੀ ਕਰਦਾ ਸੀ ਤਾਂ ਕੁਇੰਟਲ ਦਾ 600 ਰੁਪਈਆ ਦਿੰਦੇ ਕੀ ਬਣਿਆ ਜਿਹੜਾ ਤੁਸੀਂ ਕੇਸ ਕੀਤਾ ਸੀ ਉਹ ਕੇਸ ਦਾ ਕੀ ਬਣਿਆ ਸੀ ਕੇਸ ਦੀਆਂ ਤਾਂ ਬਣੀਆਂ ਤਰੀਕਾਂ ਪਈ ਜਾਂਦੀਆਂ ਉਹ ਆਦੀ ਵੀ ਮੈਂ ਬਾਹਲੀ ਤਕੜੀ ਹਾਂ ਭਾਈ ਕੇਸ ਦਾ ਹੀ ਬਣ ਜੂ ਪਰਮਾਤਮਾ ਕਰੂਗਾ ਤਾਂ ਕੇਸ ਵੀ ਸਿਰੇ ਚੜਾਊਗਾ ਪਰ ਅਦਾਲਤਾਂ ਦੇ ਕੰਮ ਤਾਂ ਹੁੰਦੇ ਲੰਮੇ ਹੌਲੀ ਹੌਲੀ ਹੋਣ ਵਾਲੇ ਉਹ ਵੀ ਸਿਰੇ ਚੜ੍ਹ ਜੂ ਪਰਮਾਤਮਾ ਚੜਾਊਗਾ ਜਿਹੜਾ ਕੱਲ੍ਹ ਜਿਹੜੀ ਪੰਜਾਬ ਦੀ ਧੀ ਨੇ ਉਹਦੇ ਥੱਪੜ ਮਾਰੇ ਏਅਰਪੋਰਟ 'ਤੇ ਉਹਦਾ ਕੀ ਕਹਿਣਾ ਚਾਹੁੰਦੇ ਉਹਨੂੰ ਤਾਂ ਉਹ ਤਾਂ ਬਹਾਦਰ ਬਣੀ ਉਹਨੂੰ ਤਾਂ ਬਹਾਦਰੀ ਦਾ ਮਹਾਰਾਜ ਉਹਦੇ ਨਾਲ ਅੰਗ ਸੰਗ ਸੀ ਉਹਨੂੰ ਤਕਲੀਫ ਆਉਣੀ ਨਹੀਂ ਦਿੰਦਾ ਮਹਾਰਾਜ ਕਿਉਂ ਆਉਣ ਦਿਓ ਭਾਈ ਉਹਦੇ ਬਾਲ ਬੱਚਿਆਂ ਨਹੀਂ ਆਉਣ ਦਿੰਦਾ ਧੰਨ ਸੀ ਮਾਂ ਜਿਹੜੀ ਨੇ ਐਡਾ ਕੰਮ ਕਰਤਾ ਜਿਹਨੇ ਜਿਹੜੀ ਮਾਂ ਕਹੀ ਜਿਹਨੇ ਇਹੋ ਜਿਹਾ ਜਨਮ ਦਿੱਤਾ 6 ਬੱਚੀ ਸੀ ਉਹ ਕਿਉਂ ਮਾੜੀ ਸੀ ਅਤੇ ਉਹਨੇ ਤਾਂ ਉਹਨੂੰ ਸਬਕ ਸਿਖਾਇਆ ਵੀ ਚੰਗਾ ਬੋਲ ਸੂਰ ਨਾ ਬੋਲ ਤੂੰ ਐਡੀ ਹੋ ਕੇ ਬਣੀ ਨੈ ਬਣ ਗਈ ਤੂੰ ਐਡੀ ਮਨਿਸਟਰ ਨਹੀਂ ਅਤੇ ਤੈਨੂੰ ਬੋਲਣ ਦੀ ਤੇਜ਼ੀ ਅਜੇ ਨਹੀਂ ਅਜੇ ਨਹੀਂ ਬੋਲਣਾ ਆਉਂਦਾ ਉਹ ਤਾਂ ਬੋਲਣਾ ਸਿਖਾਉਂਦੀ ਸੀ ਵੀ ਐਂ ਨਾ ਬੋਲਿਆ ਕਰ ਉਹਨੂੰ ਅਜੇ ਵੀ ਨਹੀਂ ਆਉਂਦਾ ਉਹ ਤਾਂ ਅਜੇ ਵੀ ਕਿਸਾਨਾਂ ਦੀ ਨਿੰਦਿਆ ਕਰਦੀ ਉਹਨੂੰ ਅੱਤਵਾਦੀਆਂ ਦੇ ਅੱਤਵਾਦੀ ਉਹ ਕਿੱਥੇ ਉਹ ਕੀ ਕਰਦੇ ਫਿਰਦੇ ਅੱਤਵਾਦ ਕਾਹਦਾ ਕਰਦੇ ਉਹ ਤਾਂ ਖੇਤੀਆਂ ਬਾੜੀਆਂ ਕਰਦੇ ਆ ਆਪਦੇ ਜਨਤਾ ਨੂੰ ਪਾਲਦੇ ਆ ਕੋਈ ਮੱਝਾਂ ਰੱਖੀ ਬੈਠਾ ਕਰ ਦੁੱਧ ਕਿੰਨੀ ਦੁਨੀਆਂ ਪੀਂਦੀ ਹੈ ਦਾਣੇ ਕਿੰਨੇ ਦੁਨੀਆਂ ਖਾਂਦੀ ਹੈ ਅਤੇ ਰਾਤ ਨੂੰ ਪਾਣੀ ਲਾਉਂਦੀ ਹੈ ਦੁਪਹਿਰੇ ਧੁੱਪਾਂ ਸਹਿੰਦੀ ਹੈ ਅਤੇ ਐਡੀਆਂ ਰੇਹਾਂ ਸਪਰਿਆਂ ਚੱਕੀਆਂ 30-30 ਕਿਲੋ ਦੀਆਂ ਢੋਲੀਆਂ ਚੱਕ ਚੱਕ ਸਪਰੇਆਂ ਕਰਦੇ ਐਡੇ ਪਾਣੀ 'ਚ ਰਹਿੰਦੇ ਆ ਅਤੇ ਕਿਸਾਨ ਅੱਤਵਾਦੀ ਹੈ ਜੀ ਅੱਤਵਾਦ ਕਿਸਾਨਾਂ ਨੂੰ ਹੁਣ ਕੀ ਕਹਿਣਾ ਚਾਹੋਗੇ ਵੀ ਉਹਦੇ ਹੱਕ 'ਤੇ ਜਿਹੜਾ ਪੁਲਿਸ ਉਹਨੇ ਵੱਲੋਂ ਕਾਰਵਾਈ ਉਹਦੇ 'ਤੇ ਕਰ ਰਹੀ ਹੈ ਤੁਸੀਂ ਹੁਣ ਕੀ ਕਹੋਗੇ ਕਿਸਾਨਾਂ ਨੂੰ ਜਿਵੇਂ ਕੋਈ ਕਿਸਾਨਾਂ ਨੂੰ ਤਾਂ ਕਿਸਾਨ ਜਦੋਂ ਉਹਦੇ ਜੇ ਉਹ ਵੇਖੀ ਤਾਂ ਪੰਜਾਬੀਆਂ ਦੀ ਕੁੜੀ ਜਰਾ ਰੱਖ ਲਾ ਵੀ ਉਹ ਬੈਠੀ ਉੱਥੇ ਜਾ ਕੇ
ਜਾਂ ਉਹਨੂੰ ਫੜ ਲਿਆ ਵਿਚਾਰੀ ਨੇ ਕੁਲਵਿੰਦਰ ਕੌਰ ਨੂੰ ਅਤੇ ਉਹਦੀ ਸਹਾਇਤਾ ਕਰਨ, ਜੇ ਕੁਲਵਿੰਦਰ ਕੌਰ ਨੂੰ ਜੇਲ੍ਹ 'ਚ ਜਾਂਦਾ ਤਾਂ ਕਿਸਾਨ ਵੀ ਜਾਂਦੇ ਨੇ, ਸਾਡੀ ਧੀ ਹੈ ਸਾਨੂੰ ਲੱਗਿਆ ਅਸੀਂ ਪਹਿਲਾਂ ਜਾਵਾਂਗੇ, ਜੇ ਮੈਨੂੰ ਆਖਣਗੇ ਤੂੰ ਜਾਂਦੀ ਰਹਿ ਕੁਲਵਿੰਦਰ ਕੌਰ ਆ ਤਾਂ ਮੈਨੂੰ ਲੈ ਜਾਣ, ਮੈਂ ਤਾਂ ਖਾਈ ਪੀ ਬੈਠੀ ਹਾਂ, ਹੁਣ ਛੱਡ ਦੇਣ ਬਾਲ ਬੱਚਿਆਂ ਲਈ ਹੈ, ਉਹ ਤੋਂ ਕੀ ਬੁਰਾ ਹੋਇਆ। ਹੁਣ ਤਾਂ ਕੰਗਣਾ ਨੂੰ ਮੱਤ ਦਿੱਤੀ ਵੀ ਸਿਆਣੀ ਬਣ ਜਾ, ਉਹਨੇ ਲੱਪੜ ਮਾਰ ਕੇ ਕਿ ਉਹਦੀ ਗੋਲੀ ਮਾਰ ਕੇ ਮਾਰਤੀ, ਉਹ ਚੰਗੀ ਭਲੀ ਕੰਗਣਾ ਫਿਰਦੀ ਹੈ, ਅਤੇ ਉਹਨੂੰ ਕੀ ਹੋ ਗਿਆ, ਅਤੇ ਉਹਨੇ ਜੋਖਲੀ ਨੇ ਕਿਉਂ ਔਖਾ ਕਰਿਆ ਇਹੋ ਜਿਹੀਆਂ ਧੁੱਪਾਂ ਗਰਮੀਆਂ 'ਚ ਅੰਦਰ ਕਰਤੀ, ਉਹਨੂੰ ਕਿਹਾ ਧੰਨ ਉਹਦੀ ਮਾਂ ਅਤੇ ਧੰਨ ਹੈ ਜਿਹਨੇ ਉਹਨੂੰ ਜੰਮਿਆ ਸੀ, ਜਿਹਨੇ ਮੈਦਾਨ ਦਿੱਤਾ ਸੀ, ਉਹ ਤਾਂ ਦਸ਼ਮੇਸ਼ ਪਾਤਸ਼ਾਹ ਨਾਲ ਖੜ੍ਹੇ ਸੀ, ਉਹਨੇ ਦਲੇਰੀ ਦਿੱਤੀ ਹੈ ਵੀ ਤੂੰ ਤਕੜੀ ਹੋ ਮੈਂ ਤੇਰੇ ਨਾਲ ਹਾਂ। ਉਹਨੇ ਉਹਨੂੰ ਸਬਕ ਕੰਗਣਾ ਨੂੰ ਸਿਖਾਇਆ ਵੀ ਤੂੰ ਸਿਆਣੀ ਬਣ ਜਾ, ਆਖਿਆ ਉਹਨੇ ਹੋਰ ਹੋਰ ਮਾਰ ਕੇ, ਉਹਨੇ ਕਿਉਂ ਤੁਰਕੀ ਲੈਣਾ ਸੀ, ਉਹਨੇ ਉਹਦਾ ਉਹਦਾ ਲੈਣਾ ਸੀ ਮਾਰ ਕੇ, ਕੋਈ ਉਹਨੇ ਮਾਰਿਆ ਨਹੀਂ, ਉਹਨੇ ਤਾਂ ਸਬਕ ਸਿਖਾਇਆ, ਸਿੱਖਿਆ ਦਿੱਤੀ ਹੈ, ਸਿੱਖ ਜੇ ਸਿੱਖੇ ਦੇ ਚੱਕੇ 'ਤੇ ਕਿਸਾਨਾਂ ਨੂੰ ਮੁੰਡਾ ਨਾ ਬੋਲੇ, ਕਿਸਾਨ ਕੋਈ ਮਾੜੇ ਨਹੀਂ ਗੇ, ਕੋਈ ਅੱਤਵਾਦੀ ਨਹੀਂ, ਕਿਸਾਨ ਤਾਂ ਉਹਦੀ ਭਗਤੀ ਕਰਦੇ, ਖੇਤੀ ਕਰਦੇ, ਪਰਜਾ ਦਾ ਪਾਲਣ ਕਰਦੇ, ਰਾਜੇ ਮਹਾਰਾਜਿਆਂ ਦੇ ਵੀ ਅਧੀਨ ਆ, ਉਹ ਤਾਂ ਸਭ ਨੂੰ ਨਮਸਕਾਰ ਕਰਦੇ ਹਾਂ ਭਾਈ, ਰਾਜਿਆਂ ਨੂੰ ਵੀ, ਮਹਾਰਾਜਿਆਂ ਨੂੰ, ਮਨਿਸਟਰਾਂ ਨੂੰ ਵੀ, ਸਭ ਨੂੰ ਮੋਦੀ ਨੂੰ ਵੀ ਜਿਉਂਦਾ ਰਹੇ, ਉਹਦੇ ਕਰਮਾਂ 'ਚ ਰਾਜ ਮਿਲ ਗਿਆ, ਐਮ ਪੀ ਬਣ ਕੇ ਸਾਰੇ ਵਧੀਆ ਰਹਿਣ, ਪਰ ਅਸੀਂ ਤਾਂ ਵੀ ਭਾਈ ਗਰੀਬ ਹਾਂ ਆਪਦੇ ਚੰਗਾ। ਜਿਹੜਾ ਹੁਣ ਵੀ ਉਹਨਾਂ ਨੇ ਆਖਿਆ ਹੈ ਵੀ ਜਿਹੜੇ ਪੰਜਾਬੀ ਆ ਜਿਹੜੇ ਉਗਰਵਾਦ ਦੇ ਕੰਗਣਾ ਕਹਿ ਰਹੀ ਹੈ, ਕੀ ਉਹ ਕੋਈ ਬੇਦਮਾਕੀ ਤਾਂ ਕਹਿੰਦੀ, ਕੋਈ ਉਗਰਵਾਦੀ ਨਹੀਂ, ਉਹ ਤਾਂ ਭਗਤ ਨੇ ਵਿਚਾਰੇ, ਭਗਤੀ ਦੇ ਧੰਨ, ਜੈ ਜਵਾਨ ਜੈ ਕਿਸਾਨ, ਕਿਸਾਨਾਂ ਲਈ ਜੈ ਹੈ, ਭਗਤੀ ਕੰਮ ਕਾਰ ਕਰਦੇ ਆ, ਬਾਲ ਬੱਚੇ ਪਾਲਦੇ, ਜਨਤਾ ਨੂੰ ਪਾਲਦੇ ਆ, ਕੋਈ ਅੱਤਵਾਦੀ ਨਹੀਂ, ਅੱਤਵਾਦੀ ਇੱਥੇ ਕੌਣ ਹੈ, ਇੱਥੇ ਅੱਗੇ ਠੱਗ ਚੋਰ ਕਿਹਨਾਂ ਨੂੰ ਮਾਰਦੇ ਵੱਢਦੇ ਫਿਰਦੇ ਹੈ, ਅਤੇ ਕੰਗਣਾ ਨਹੀਂ ਇਸ ਤਰ੍ਹਾਂ ਵੋਟਾਂ ਦੀ ਮਾਰੀ ਨੇ, ਮੋਦੀ ਦੀ ਸ਼ਰਨ ਲੈ ਕੇ ਅਤੇ ਇਹੋ ਜਿਹਾ ਬੋਲੀ ਸੀ, ਅਤੇ ਉਹਨੇ ਭਾਈ ਪ੍ਰਸੰਨ ਹੋ ਕੇ ਉਹਨੂੰ ਦੇ ਤਾ, ਕਦੇ ਆਏ ਸੀ 14 ਸਾਲ ਹੋ ਗਏ ਨੇ, ਮੋਦੀ ਨੇ ਯਾਦ ਕਰਾਇਆ ਕਿ ਉਹਨੇ ਤਾਂ ਬਹਾਦਰਾਂ ਨੇ ਕਰਾਇਆ ਸੀ, ਭਗਤ ਸਿੰਘ ਹਾਰਾਂ ਨੇ, ਦੋਈ ਸਹੀ ਆਪ ਗੁਰੂਆਂ ਪੀਰਾਂ ਦੀ ਧਰਤੀ, ਅਤੇ ਉਹਨਾਂ ਦੇ ਨਾਂ ਲੈ ਕੇ, ਉਹਨਾਂ ਦਾ ਨਾਂ ਲੈ ਕੇ ਤੁਰਦੇ ਹਾਂ ਭਾਈ, ਉਲਟ ਸੁਲਟ ਬਿਆਨ ਕਰਦੀ ਹੈ, ਮਰਨਾ ਤਾਂ ਇੱਕ ਵਾਰੀ ਦੁਨੀਆਂ 'ਤੇ ਦੋ ਵਾਰੀ, ਬਹਾਦਰਾਂ ਨੂੰ ਵੀ ਬਹਾਦਰ ਕਿਹਾ ਜਾਂਦਾ, ਅਤੇ ਇਹੋ ਜਿਹੀਆਂ ਔਰਤਾਂ ਨੂੰ ਜਿਹੜੀਆਂ ਇਹ ਗਲਤ ਬਣੀਆਂ, ਉਹ ਇਹੋ ਜਿਹੀ, ਅਤੇ ਜੇ ਕੰਗਣਾ ਇਹੋ ਜਿਹੀ ਕਰਦੀ ਹੈ ਅਤੇ ਕੰਗਣਾ 'ਤੇ ਥੁੱਕਾਂ ਪੈਂਦੀਆਂ ਥੁੱਕਾਂ, ਅਤੇ ਦੂਜਿਆਂ 'ਤੇ ਛਿੱਟੇ ਨਾ ਮਰੇ, ਕਿਸਾਨ ਤਾਂ ਭਾਈ ਭਗਤ ਨੇ ਅਤੇ ਉੱਚੇ ਹੀ ਰਹਿਣੇ, ਕੋਈ ਅੱਤਵਾਦੀ ਨਹੀਂ, ਅਤੇ ਕਿਸਾਨ ਤਾਂ ਆਪਦੇ ਵੇਲੇ ਪੂਰੇ ਕਰਦੇ ਹੈ, ਅਤੇ ਕੰਗਣਾ ਹੀ ਇਹੋ ਜਿਹੀ ਜਿਹੜੀ ਥਾਂ ਥਾਂ ਧਰਕਾਰਾਂ ਪੈਂਦੀ ਫਿਰਦੀ ਹੈ, ਅਤੇ ਥੁੱਕਾਂ ਪੈਂਦੀਆਂ ਫਿਰਦੀ, ਉਹ ਮੈਂਬਰ ਪਾਰਲੀਮੈਂਟ ਜਿੱਤ ਗਈ ਹੈ, ਮੈਂਬਰ ਬਣ ਗਈ ਜਿਹੜੀ ਬਣ ਗਈ, ਅਤੇ ਜੇ ਜਿੱਤੀ ਤਾਂ ਛਿੱਤਰ ਖਾਧੇ, ਤਾਂ ਜਿਸ ਚੁੱਪ ਕਰੇ ਬੈਠੇ ਦੇ ਛਿੱਤਰ ਨਾ ਹੀ ਪੈਂਦੇ, ਨਾ ਹੀ ਬਦਨਾਮੀ ਹੁੰਦੀ, ਅਤੇ ਜਿੱਤੇ ਤਾਂ ਤਿਰਗ ਇਹ ਜਿੱਤਣ ਦੀ, ਜਿਹੜੀਆਂ ਜੁੱਤੀਆਂ ਖਾਂਦੀ ਫਿਰਦੀ, ਥੱਪੜ ਖਾਂਦੀ ਫਿਰਦੀ ਹੈ, ਇਹਦੀ ਤਾਂ ਮੇਰੇ ਵਾਲੇ ਗਰੀਬ ਹੀ ਚੰਗੇ ਆ ਜਿਹੜੇ ਛਿੱਤਰ ਤਾਂ ਨਹੀਂ ਪੈਂਦੇ। ਕਿਸ ਤਰ੍ਹਾਂ ਦਾ ਹੁਣ ਤੁਸੀਂ ਆਖੋਗੇ ਜੇ ਕੱਲ੍ਹ ਨੂੰ ਤੁਹਾਨੂੰ ਜਾਣਾ ਪੈ ਜੇ ਧਰਨੇ 'ਤੇ, ਜੇ ਤੁਸੀਂ ਉਹਦੇ ਸਹਿਯੋਗ ਕਰਨ ਨੂੰ, ਤੁਸੀਂ ਕੀ ਮਤਲਬ ਜਾਓਗੇ? ਅਸੀਂ ਤਾਂ ਜਾ ਆਖਣ 'ਤੇ ਜਾ ਵੀ ਬਣਾਂਗੇ ਭਾਈ, ਜਾਣਾ ਵੀ ਅਸੀਂ ਤਾਂ ਵੀ ਰੱਖ ਲਈ, ਬੁੱਢੇ ਹੋ ਗਏ, ਸਰੀਰ ਤੁਰਦਾ ਫਿਰਦਾ ਨਹੀਂ, ਅਤੇ ਬੱਸਾਂ ਗੱਡੀਆਂ ਚੜ੍ਹਿਆ ਨਹੀਂ ਜਾਂਦਾ, ਅਤੇ ਸਰੀਰ ਆ ਗਿਆ ਬੜੇਪਾ, ਅਤੇ ਜਾਣਾ ਪੈ ਗਿਆ, ਅਤੇ ਅਸੀਂ ਤਾਂ ਤਿਆਰ ਪਰਦਿਆਂ ਦੇ ਰਸ ਖਾਈ ਪੀਠੇ, ਜੇ ਮਰ ਜਾਂਗੇ ਤਾਂ ਫਿਰ ਕੀ ਸਾਡੇ ਬਣੇ ਦੇਸ ਸੁਣਨਾ ਹੋ ਜੂ, ਅਤੇ ਪਰ ਚੰਗੇ ਸਿਆਣੇ ਕੰਮ ਤਾਂ ਕੰਗਣਾ ਕਰੇ, ਸਾਰੀ ਜਨਤਾ ਸਾਰੀ ਦੁਨੀਆ ਸਿਆਣੇ ਕਰੇ, ਪਰ ਉਹ ਤਾਂ ਭਾਈ ਜਮ੍ਹਾਂ ਗੰਦੀ ਹੋਈ ਫਿਰਦੀ ਹੈ, ਗੰਦੇ ਕੰਮ ਕਰਦੀ ਹੈ, ਅਤੇ ਉਹਨੂੰ ਅਕਲ ਉਕਲ ਹੈ ਨਹੀਂ, ਉਹਦਾ ਇਲਾਜ ਕਰਾ ਲਏ ਜੀ ਨਹੀਂ ਕਰਾਉਣਾ, ਉਹਦੀ ਬਿਜਲੀ ਬਾਜੀ ਲਵਾ ਕੇ ਦਿਮਾਗ ਸੈੱਟ ਕਰਾ ਲੈਣਾ, ਅਪਸੈੱਟ ਹੋਈ ਫਿਰਦੀ ਹੈ। ਇਹ ਮਾਤਾ ਮਹਿੰਦਰ ਕੌਰ ਜਿਨ੍ਹਾਂ ਨੇ ਪਹਿਲਾਂ ਕੰਗਣਾ ਰਣੌਤ ਦੇ ਉੱਤੇ ਮਾਂ ਨਾਨੀ ਦਾ ਉੱਤੇ ਕੇਸ ਕੀਤਾ ਹੋਇਆ ਸੀ ਅੱਜ ਤੋਂ 3 ਸਾਲ ਪਹਿਲਾਂ, ਜਿਹਦੀਆਂ ਤਰੀਕਾਂ ਹੁਣ ਜਿਹੜੀ ਚੰਡੀਗੜ੍ਹ ਚੱਲ ਰਹੀ ਨੇ, ਅੱਜ ਉਹਨਾਂ ਨੇ ਆਖਿਆ ਵੀ ਉਸ ਨੂੰ ਜਿਹੜੀ ਹੈ ਕੰਗਣਾ ਰਣੌਤ, ਚਾਹੇ ਐਮ ਪੀ ਬਣ ਗਏ ਨੇ, ਮੈਂਬਰ ਪਾਰਲੀਮੈਂਟ ਬਣ ਗਏ ਨੇ, ਪਰ ਥੋੜ੍ਹੀ ਬੋਲਣ ਦੀ ਉਹਨਾਂ ਨੂੰ ਲਹਿਜਾ ਸਹੀ ਨਹੀਂ ਹੈ, ਜਿਹੜੇ ਕਿਸਾਨਾਂ ਦੇ ਪ੍ਰਤੀ ਹੈ ਜਾਂ ਹੋਰ ਹੈ, ਉਹ ਜਿਹੜੇ ਗਲਤ ਸ਼ਬਦ ਵਰਤ ਰਹੀ ਹੈ, ਇਸੇ ਕਰਕੇ ਹੀ ਉਹਨਾਂ ਨਾਲ ਜਿਹੜਾ ਜਿਹਾ ਭਾਣਾ ਵਾਪਰਿਆ। ਹੋਰ ਉਸ ਲੜਕੀ ਨੇ ਜੋ ਦਲੇਰੀ ਦਾ ਕੰਮ ਕੀਤਾ, ਜੋ ਮਾਤਾਵਾਂ ਨੂੰ ਜੋ ਗਲਤ ਬੋਲਿਆ, ਜੇ ਉਹਨੂੰ 100-100 ਰੁਪਇਆ ਕਰਕੇ ਬੋਲਿਆ ਵੀ 100-100 ਰੁਪਇਆ 'ਚ ਆਈ ਹੋਈ ਹੈ ਬੈਠੀ, ਇਸੇ ਕਰਕੇ ਹੀ ਉਹਨਾਂ ਨੇ ਕੀਤਾ। ਹੋਰ ਉਹਦਾ ਪਰਸਨਲ ਕੋਈ ਆਪਦੀ ਰੰਜਿਸ਼ ਨਹੀਂ, ਕੋਈ